एवरीवन, वेलकम बैक टू आवर ब्लॉग। और आज हम जा रहे हैं, शुभम बताएंगे आज हम कहाँ जा रहे हैं। हाँ जी, किदा सारे, मैं तो अपना शुभम शर्मा एक बार फिर तो स्वागत है अपने यूट्यूब चैनल शुभम ब्लॉग्स। पहले तो जिन्हें जिन्हें चैनल सब्सक्राइब नहीं किया वो कर लो, फिर पहले ये सुन लो महाराज को पसंद नहीं चिप्स खोल दो, चिप्स खोल दो। ਤੇ ਅੱਜ ਆਪਾਂ ਚੱਲੇ ਆ, ਅੱਜ ਦਿਨ ਹੈਗਾ ਸ਼ਨੀਵਾਰ ਦੇ, ਆਪਾਂ ਚੱਲੇ ਹੁਸ਼ਿਆਰਪੁਰ ਕਿਉਂਕਿ ਨੇਹਾ ਦੀ ਮੇਰੀ ਸਿਸਟਰ ਦੀ ਵੈਡਿੰਗ ਹੈ, ਕਜ਼ਨ ਸਿਸਟਰ ਦੀ ਵੈਡਿੰਗ ਹੈ ਤੇ ਆਪਾਂ ਉੱਥੇ ਚੱਲੇ ਆ ਵਿਆਹ ਖਾਣ। ਮੈਨੂੰ ਦਫ਼ਤਰ 'ਚ ਚੱਕਿਆ ਗਿਆ, ਆਪਾਂ ਚੱਕ ਲਿਆ ਦਫ਼ਤਰ 'ਚ, ਮੈਂ ਕਿਹਾ ਇਹਨੇ ਦਾੜਾ ਨਹੀਂ ਅਸੀਂ ਚੱਕ ਲੈਂਦੇ ਹਾਂ ਆਫਿਸ 'ਚੋਂ ਮੈਨੂੰ ਲੈ ਕੇ ਇਹ, ਅਤੇ ਹੁਣ ਅਸੀਂ ਨਿਕਲ ਚੁੱਕੇ ਹਾਂ, ਮਲੇਰਕੋਟਲਾ ਪਹੁੰਚ ਗਏ। ਵੈਸੇ ਅਗਰ ਮੈਂ ਖੁਦ ਡਰਾਈਵ ਕਰ ਲੈਂਦੀ ਹੋਵਾਂ ਤਾਂ ਸ਼ਾਇਦ ਮੈਨੂੰ ਕਿੰਨਾ ਈਜ਼ੀ ਹੋਵੇ। ਈਜ਼ੀ ਤਾਂ ਹੋ ਜਾਵੇ, ਪਰ ਇਹਨੂੰ ਗੱਡੀ ਸਿਖਾ ਦਾਂਗੇ ਆਪਾਂ ਛੇਤੀ, ਹੁਣ ਟਾਈਮ ਨਾਲ ਕੱਢ ਕੇ ਤੁਸੀਂ ਵੀ ਦੇਖਿਓ ਕਦੋਂ ਸਿਖਾਉਂਦੇ ਨੇ। ਹੁਣ ਦੇਖਦੇ ਹਾਂ, ਵੈਸੇ ਤਾਂ 2 ਸਾਲ ਹੋ ਗਏ ਸਿਖਾਉਂਦੇ ਨੂੰ, ਟਾਈਮ ਨਹੀਂ ਲੱਗਿਆ, ਟਾਈਮ ਹੈ ਹੀ ਨਹੀਂ ਨਾ ਕੋ, ਵੈਰੀ ਬਿਜ਼ੀ ਸੀ ਸ਼ੈਡਿਊਲ। ਉਸ ਤੋਂ ਬਾਅਦ ਚ ਆਪਣਾ ਕੀ ਕਹਿੰਦੇ ਆ, ਭੁੱਖ ਲੱਗੀ ਮੈਨੂੰ ਬਹੁਤ ਜ਼ਿਆਦਾ, ਕਿਉਂਕਿ ਸਵੇਰੇ ਮੈਨੇ ਬ੍ਰੇਕਫਾਸਟ ਕੀਤਾ, ਕੀ ਚਾਹੀਏ ਤੇ ਲੰਚ ਦਾ ਟਾਈਮ ਹੋ ਗਿਆ, ਨੀਅਰ ਅਬਾਊਟ 1 ਵਜ ਗਏ। ਖਾਣੇ ਕੋ ਛੱਕ ਕੇ ਚੱਲ ਕੇ ਖਾਣੇ ਆ, ਫਿਰ ਮਿਲਦੇ ਆ ਤੁਹਾਨੂੰ। ਠੀਕ ਹੈ, ਮਿਲਦਾ ਤੁਹਾਨੂੰ, ਜੁੜੇ ਰਹੋ, ਲਵ ਯੂ। ਲਓ ਜੀ, ਆਪਾਂ ਪਹੁੰਚ ਗਏ ਕੈਂਡ ਪਕੌੜੇ ਲੈਣ ਦੇ, ਕਿਉਂਕਿ ਭੁੱਖ ਲੱਗੀ ਸੀ ਬਹੁਤ। ਸਭ ਤੋਂ ਪਹਿਲਾਂ ਆਪਾਂ ਇੱਥੇ ਖੜ ਕੇ ਪਕੌੜੇ ਖਾਵਾਂਗੇ। ਹਾਂਜੀ, ਕੈਂਡ ਤਾਂ ਸੋ ਗਿਆ, ਉਹ ਬੈੱਡ ਹੋਰ ਨਾ ਸੁੱਤਾ, ਅਤੇ ਆਪਾਂ ਲੈ ਰਹੇ ਹੁਣ ਪਕੌੜਿਆਂ ਦੇ ਨਜ਼ਾਰੇ। ਨਹੀਂ, ਇਹਨੇ ਗੰਦ ਪਾਉਣਾ ਸੀਗਾ, ਗਾਹ ਪਾ ਦੇਣਾ ਸੀਗਾ ਗੱਡੀ 'ਚ, ਆਪਾਂ ਨੂੰ ਮਿਲ ਗਿਆ ਫਾਇਦਾ ਉਹਦਾ। ਆਪਾਂ ਖਾਂਦੇ ਹਾਂ ਪਕੌੜੇ, ਤਾਂ ਚੱਲਦੇ ਸਿੱਧਾ ਹੁਸ਼ਿਆਰਪੁਰ। ਚੋਰ ਨਹੀਂ, ਇਹਨੇ ਪਕਾ ਕੇ ਚਿਪਸ ਦਾ ਪੈਕਟ ਮਾਰਿਆ ਸਿੱਧਾ ਮੇਰੀ ਜੇਬ 'ਚ। ਹੋਰ ਆ, ਸਾਰੀ ਜੇਬ ਕੱਢ, ਮੇਰੀ ਜੇਬ 'ਚੋਂ ਕੱਢ ਦੀ, ਲੈ ਸਾਰੇ ਕੱਪੜੇ ਖਰਾਬ ਕਰਤੇ। ਕਹਿਣ ਯਾਰ ਕੀ ਕਰਾਂ ਤੇਰਾ, ਮੰਦਾ ਬਣ ਜਾ, ਗੱਡੀ ਧੁਆਈ ਹੋਈ ਆ, ਸਾਰਾ ਸਾਰੀ ਗੰਦੀ ਕਰੀ ਜਾਣਾ ਗੱਡੀ। ਲਓ ਜੀ, ਆਪਾਂ ਪਹੁੰਚ ਚੁੱਕੇ ਵਿਆਹ ਦੇ ਵਿੱਚ, ਮਿਲੇ ਮੁੱਲਿਆਂ ਵੀ ਹੋ ਗਈਆਂ, ਰੀਬਨ ਰੂਬਨ ਕਟਾਈ ਵੀ ਹੋ ਗਈ, ਸਾਰਾ ਕੁਛ ਹੋ ਗਿਆ, ਪਰ ਇਹਨੇ ਮੁੰਡੇ ਨੇ ਇੰਨਾ ਤੰਗ ਕੀਤਾ ਹੋਇਆ ਨਾ ਸਾਨੂੰ,
ਅਸੀਂ ਤਿਆਰ ਤਿਉਰ ਹੋ ਕੇ ਧੁੱਪ ਚ ਫਿਰ ਰਹੇ, ਇੱਧਰ ਮੇਰਾ ਹਾਲ ਦੇਖੋ ਤੁਸੀਂ, ਕੋਟ ਪੈਂਟ ਪਾ ਕੇ ਗਰਮੀ ਚ ਨੂੰ ਗੇੜਾ ਦੇ ਦਿੱਤਾ, ਇਹਦੇ ਰੀਬਨ ਕਟਾਈ ਹੋ ਰਹੀ ਹੈ, ਸਾਰੇ ਚੁੰਮੀ ਖਰਾਬ ਸਾਰਾ ਖਰਾਬ ਕਰ ਦਾ ਹਾਲ ਦੇਖ ਲੋ, ਪਲੇਟ ਦੇਖਿਓ ਜੀ, ਇੰਨਾ ਖਾ ਲੇਗੀ ਜਿਹੜਾ ਬਚ ਜਾਣਾ ਫਿਰ ਮੇਰੇ ਕਰੀ ਨੂੰ ਕਰ ਦੇਣਾ ਵੀ ਸਾਂਭ ਲਓ, ਇਹ ਥੋੜਾ ਥੋੜਾ ਆ, ਥੋੜਾ ਥੋੜਾ ਦੇਖ ਲਓ, ਅੱਛਾ ਫਿਰ ਠੀਕ ਹੈ, ਆਪਣੇ ਵਿਆਹ ਯਾਦ ਕਰ ਰਹੇ ਦੋਨੋਂ ਜਾਣੇ, ਲਓ ਜੀ ਆਪਣਾ ਵਿਆਹ ਦਾ ਹੁਣ ਕਰਨ ਲੱਗਿਆ ਲੰਚ, ਅਤੇ ਇੱਧਰ ਕਹਿਣ ਖਾ ਰਹੇ ਸੀ ਆਈਸਕ੍ਰੀਮ, ਅਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਘਰ ਨੂੰ। ਹਾਂਜੀ ਵਿਆਹ ਵਿਊ ਜਾਣ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਹੁਣ ਵੈਸ਼ਨੋ ਮਾਤਾ ਦੇ। ਹੁਣ ਵੈਸੇ ਤੁਸੀਂ ਕਹੋਗੇ ਵੀ ਕਟੜਾ ਕਿਵੇਂ ਪਹੁੰਚ ਗਿਆ ਇੰਨੀ ਜਲਦੀ ਹੁਸ਼ਿਆਰਪੁਰ ਤੋਂ, ਪਰ ਨਹੀਂ, ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਮੰਦਿਰ ਹੈ ਜਿਹੜਾ ਕਿ ਸੇਮ ਟੂ ਸੇਮ ਵੈਸ਼ਨੋ ਮਾਤਾ ਦੀ ਹੈ ਨਾ ਤਰ੍ਹਾਂ ਬਣਾਇਆ ਹੋਇਆ, ਕਾਪੀ ਵੀ ਨਹੀਂ ਕਹਿ ਸਕਦੇ, ਮਤਲਬ ਕਿ ਸੇਮ ਟੂ ਸੇਮ ਹੈ ਬਸ। ਹਾਂਜੀ ਤੇ ਵੈਸ਼ਨੋ ਮਾਤਾ ਦੀ ਚੜ੍ਹਾਈ ਚੜ੍ਹਦੇ ਹੋਏ ਜੈਕਾਰਾ ਸ਼ੇਰਾਂ ਵਾਲੀ ਦਾ ਬਹੁਤ ਸੱਚ ਦਰਬਾਰ ਕੀ, ਤੇ ਆਪਾਂ ਇੱਧਰ ਨੂੰ ਆ ਕੇ ਦੇਖੋ ਚੜ੍ਹਾਈ ਓਵੀ ਹੈ, ਸੇਮ ਟੂ ਸੇਮ ਬਣਿਆ ਹੋਇਆ ਸਾਰਾ ਸਿਸਟਮ, ਬਹੁਤ ਵਧੀਆ ਆਣੇ ਹਾਂ ਫਿਰ ਕਿੱਦਾਂ। ਚਲੋ ਅਸੀਂ ਜ਼ਰੂਰ ਜਾਂਦੇ ਹਾਂ ਹਰ ਸਾਲ, ਪਰ ਨੇਹਾਂ ਨੂੰ ਵੀ ਲੈ ਕੇ ਜਾਵਾਂਗੇ ਬਹੁਤ ਜਲਦੀ। ਹਾਂਜੀ ਜਿਵੇਂ ਕਿ ਵੈਸ਼ਨੋ ਮਾਤਾ ਜਾਂਦੇ ਹੁੰਦੇ ਜਦੋਂ ਆਪਾਂ ਉੱਥੇ ਅਰਧਕੁਆਰੀ ਆਉਂਦੇ ਹੁੰਦੇ ਨੇ, ਇੱਥੇ ਮਾਤਾ ਅਰਧਕੁਆਰੀ ਵੀ ਆ ਚੁੱਕੇ ਨੇ, ਆਪਾਂ ਉੱਥੇ ਪਹੁੰਚ ਚੁੱਕੇ ਹਾਂ। ਹਾਈਟ ਤਾਂ ਹਜੇ ਚਾਹੇ ਇੰਨੀ ਕਾ, ਪਰ ਸੇਮ ਟੂ ਸੇਮ ਬਣਿਆ ਹੋਇਆ, ਉਹ ਆਪਣੀ ਗੱਡੀ ਖੜੀ ਹੈ, ਉਹ ਖੜੀ ਹੈ, ਆਹ ਖੜੀ ਹੈ, ਬੜਾ ਘੈਂਟ ਬਣਿਆ ਹੋਇਆ, ਬਹੁਤ ਮਜ਼ਾ ਆਇਆ ਆ ਕੇ। ਪਹਿਲੀ ਵਾਰ ਆਇਆ ਮੈਂ ਜੰਮੀ ਬਲੀ ਇੱਥੇ ਹੋਈ ਹੈ। ਹਾਂਜੀ ਆਹ ਦੇਖ ਲਓ ਕਿੰਨੀ ਹਾਈਟ ਤੇ ਆ ਗਿਆ ਆਪਾਂ, ਲਓ ਜੀ ਮੱਥਾ ਟੇਕ ਕੇ ਹੁਣ ਆਪਾਂ ਉੱਪਰ ਨੂੰ ਚੱਲੇ ਹਾਂ। ਹੋਰ ਕਹਿੰਦੇ ਇੱਥੇ ਗੁਫਾ ਵੀ ਬਣੀ ਹੋਈ ਹੈ, ਮੈਨੂੰ ਪਤਾ ਨਹੀਂ ਹੈਗਾ, ਪਰ ਮੈਂ ਸੁਣਿਆ ਕਿ ਸੇਮ ਟੂ ਸੇਮ ਗੁਫਾ, ਹੁਣ ਆਪਾਂ ਗੁਫਾ ਵੱਲ ਨੂੰ ਜਾ ਰਹੇ ਹਾਂ ਅਤੇ ਦੇਖਦੇ ਹਾਂ। ਹੋਰ ਹਾਈਟ 'ਤੇ ਆਪਾਂ ਆ ਚੁੱਕੇ ਹਾਂ, ਲਓ ਜੀ ਗੁਫਾ ਦੇ ਅੰਦਰ ਆਪਾਂ ਐਂਟਰੀ ਕਰਨ ਲੱਗੇ ਹਾਂ, ਗੁਫਾ ਬਣੀ ਹੋਈ ਇੱਥੇ,
ਸਾਰੇ ਆ ਰਹੇ ਨੇ, ਚੱਲਦੇ ਆ ਗੁਫਾ ਦੇ ਅੰਦਰ। ਜੈ ਸ਼੍ਰੀ ਰਾਮ। ਲਓ ਜੀ ਗੁਫਾ ਬਹੁਤ ਹਾਂਜੀ, ਅਤੇ ਆਪਾਂ ਆ ਗਏ ਗੁਫਾ 'ਚ। ਵਾਕਈ ਉਹ ਸੇਮ ਫੀਲਿੰਗ ਆ, ਬੰਦੇ ਮੁਸ਼ਕਿਲ ਨਾਲ ਨਿਕਲ ਕੇ ਜਾਂਦਾ, ਅਤੇ ਇੱਥੋਂ ਬਸ ਆਪਾਂ ਆ ਗਏ ਬਾਹਰ ਨੂੰ। ਬਹੁਤ ਸੋਹਣੀ ਬਣੀ ਹੋਈ, ਬਹੁਤ ਸੋਹਣਾ ਮੰਦਰ ਅੱਗੇ ਚਮੰਡਾ ਏ। ਲਓ ਜੀ ਇਹ ਉੱਪਰ, ਸਭ ਤੋਂ ਉੱਪਰ ਆ ਕੇ ਮੰਦਰ ਬਣੇ ਹੋਏ ਨੇ ਸਾਰੇ ਭਗਵਾਨ ਜੀ ਦੇ। ਕਿੱਦਾਂ ਫੀਲ? ਪਹਿਲਾਂ ਤਾਂ ਮੈਂ ਸੁੱਤਾ ਪਿਆ ਸੀ, ਠਾਕੇ ਲੱਗੇ ਮੈਂ ਦੇਖੋ ਮੇਲਾ ਦੀ ਗੱਲ ਲੈ ਕੇ ਜਾਊਂਗੀ। ਕਿੱਥੇ? ਓਕੇ ਜੀ। ਦੋ ਚਾਰ ਸਾਲਾਂ ਚ ਮੈਨੂੰ ਪੂਰਾ ਜ਼ਬਰਦਸਤ ਬਣ ਜੂ। ਜਦੋਂ ਮੈਂ ਆਈ ਸੀ ਵਿਆਹ ਤੋਂ ਬਹੁਤ ਪਹਿਲਾਂ ਆਈ ਸੀ, ਬਹੁਤ ਛੋਟਾ ਸੀ। ਤੇ ਇੱਧਰ ਹੈਗਾ ਸ਼ਨੀਦੇਵ ਦਾ ਮੰਦਿਰ, ਸ਼ਨੀ ਧਾਮ। ਤੇ ਆ ਜਵਾਕ ਆਪਣੇ ਨਾਲ ਉਹ ਖੇਡ ਰਿਹਾ, ਉਹਨੂੰ ਕੋਈ ਹੈ ਨੀ ਵੀ ਪਾਪਾ ਕਿੱਥੇ ਤੇ ਮੰਮੀ ਕਿੱਥੇ, ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈ ਨਾ, ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ, ਕੋਈ ਲੈਣਾ ਦੇਣਾ ਨਹੀਂ ਹੈਗਾ, ਉਹਨੂੰ ਸਿਰਫ ਆਪਣੀ ਮਸਤੀ ਕਰਨ ਦਾ ਮਤਲਬ ਹੈ। ਇੱਥੇ ਬਹੁਤ ਸੋਹਣਾ ਪਾਣੀ ਦਾ ਝਰਨਾ ਬਣਿਆ ਹੋਇਆ ਸੀਗਾ, ਅਤੇ ਬਹੁਤ ਜਗ੍ਹਾ ਸੀ ਖੇਡਣ ਨੂੰ, ਬਟ ਕਿਆਨ ਗਿਰ ਨਾ ਜਾਵੇ ਉਹਨੂੰ ਸਾਂਭਦੇ ਸਾਂਭਦੇ ਅਸੀਂ ਜ਼ਿਆਦਾ ਵੀਡੀਓ ਨਹੀਂ ਬਣਾਈ, ਇੱਕ ਅੱਧੀ ਕਲਿੱਪ ਹੀ ਹੋਏਗੀ, ਬਟ ਇਹ ਬਹੁਤ ਬਿਊਟੀਫੁਲ। ਔਰ ਕਿਆਨ ਨੇ ਆਈ ਥਿੰਕ ਇੱਥੇ 15-20 ਮਿੰਟ ਖੇਡਿਆ, ਫਿਰ ਗਿਰੇ, ਪੂਰਾ ਦਾ ਪੂਰਾ ਗਿੱਲਾ ਵੀ ਹੋ ਗਿਆ ਸੀ ਉਹ ਸਾਰਾ, ਸਾਰੇ ਗਿੱਲੇ ਹੋ ਗਏ ਸੀ। ਅਸੀਂ ਅਸੀਂ ਤਾਂ ਇਹੀ ਰੈਕਮੈਂਡ ਕਰਾਂਗੇ ਵੀ ਤੁਸੀਂ ਸਾਰੇ ਜ਼ਰੂਰ ਆਓ ਇੱਕ ਵਾਰੀ, ਇਹ ਮੰਦਿਰ 'ਚ ਬਹੁਤ ਜ਼ਿਆਦਾ ਪੀਸਫੁਲ ਹੈ ਅਤੇ ਬਹੁਤ ਮਜ਼ਾ ਆਇਆ। ਬਹੁਤ ਅੱਛੀ ਆਊਟਿੰਗ ਹੋ ਜਾਂਦੀ ਹੈ, ਮੰਦਿਰ ਜਾ ਜਾਂਦੇ ਆ, ਬੱਚੇ ਵੀ ਇੰਜੋਏ ਕਰ ਲੈਂਦੇ ਆ। ਆਹ ਦੇਖ ਲਓ ਇਹਨਾਂ ਦਾ ਹਾਲ, ਪਾਣੀ 'ਚ ਖੇਡ ਕੇ ਆਏ ਨੇ, ਨਾਲੇ ਤਾਂ ਮੈਨੂੰ ਗਿੱਲਾ ਕਰਾਤਾ, ਨਾਲੇ ਉਹ ਕਿਆਨ ਦੇ ਕੱਪੜੇ ਬਦਲਣੇ ਪਏ, ਕਿਆਨ ਤਾਂ ਗਿਰ ਹੀ ਗਿਆ ਸੀ ਨੀਚੇ ਪਾਣੀ 'ਚ, ਉਹਦੀ ਟਿੰਡ ਸਿਰ ਤੇ ਬਹੁਤ ਦੱਬ ਕੇ ਵੱਜੀ ਸੀ, ਪਰ ਬਾਹਰ ਆ ਕੇ ਸਲਿੱਪ ਕਰ ਗਿਆ ਫਰਸ਼ ਤੇ। ਦੇਖੋ ਵਿਊ ਦੇਖੋ ਤੁਸੀਂ, ਲਾਈਟਿੰਗ ਹੋ ਕੇ ਹੋਰ ਵੀ ਕਹਿਣ ਲੱਗਣ ਲੱਗ ਗਿਆ। ਇੱਧਰ ਸਾਈਂ ਬਾਬਾ ਜੀ ਦਾ ਮੰਦਿਰ, ਕਾਫੀ ਮੰਦਿਰ ਨੇ ਇੱਥੇ, ਬਹੁਤ ਮਜ਼ਾ ਆਉਂਦਾ, ਆਇਓ ਜ਼ਰੂਰ, ਜਿਹੜੇ ਜਿਹੜੇ ਹੁਸ਼ਿਆਰਪੁਰ ਦੇ ਲਾਗੇ ਨੇ ਤਾਂ ਆ ਸਕਦੇ ਨੇ। ਜਦੋਂ ਆਪਾਂ ਚਿੰਤਪੁਰਨੀ ਜਾਂਦੇ ਉਹਦੇ ਰਸਤੇ 'ਚ ਆਉਂਦਾ ਹੈ ਨਾ,